ਅਸੀਂ ਵਿਛੜੇ ਯਾਰ ਮਿਲਾ ਦਈਏ ਦੁੱਖ ਦਰਦ ਦਲਿਦਰਾਂ ਤੋੜੀਏ ਨੀ ਸਿਰ ਤੇ ਆਈ ਬਲਾ ਨੂੰ ਟਾਲ ਦਈਏ ਹੁਕਮ ਰੱਬ ਦੇ ਨਾਲ ਚਾ ਮੋੜੀਏ ਨੀ ਤੁਹਾਡੇ ਨਾਲ ਹਸਨੈਨ ਅਕਬਰ ਬਾਬਾ ਗਰੁੱਪ ਗੱਲਬਾਤ ਕਰ ਰਿਹਾ ਅਤੇ ਅੱਜ ਦਾ ਸਮਾਂ 14 ਅਗਸਤ ਦਾ ਸਮਾਂ ਹੈ ਬੜਾ ਪਿਆਰਾ ਸਮਾਂ ਹੈ ਜਿਹਦੇ ਵਿੱਚ ਹਰ ਪਾਕਿਸਤਾਨੀ ਹਰ ਉਹ ਬੰਦਾ ਜਿਹੜਾ ਅੱਲਾ ਦੀ ਮਖਲੂਕ ਨਾਲ ਪਿਆਰ ਕਰਦਾ ਅੱਜ ਖੁਸ਼ ਹੈ ਇਹ ਐਸਾ ਦੇਸ਼ ਹੈ ਐਸਾ ਮੁਲਕ ਹੈ ਪਾਕਿਸਤਾਨ ਕਿ ਜਿਹੜਾ ਅੱਲਾ ਦੀਆਂ ਰਹਿਮਤਾਂ ਦੇ ਨਾਲ ਬਣਿਆ ਹੈ ਸਦਕਾ ਪੰਜਤਨ ਪਾਕ ਬਣਿਆ ਹੈ ਔਰ ਹਮੇਸ਼ਾ ਕਿਆਮਤ ਤੱਕ ਕੇ ਜ਼ਿੰਦਾ ਰਹਿਣ ਵਾਸਤੇ ਬਣਿਆ ਹੈ ਇਨਸ਼ਾਅੱਲਾ ਇਹ ਪਾਕਿਸਤਾਨ ਜਿਹੜਾ ਹੈ ਇਹ ਅਮਨ ਵਾਲਾ ਮੁਲਕ ਹੈ ਸਾਡਾ ਪੈਗਾਮ ਜਿਹੜਾ ਉਹ ਅਮਨ ਦਾ ਪੈਗਾਮ ਹੈ ਇੱਥੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਅਮਨ ਵਾਲੇ ਮੁਹੱਬਤ ਵਾਲੇ ਔਰ ਅਮਨ ਦਾ ਦਰਸ ਦੇਣ ਵਾਲੇ ਲੋਕ ਨੇ ਇਹਦੇ ਵਿੱਚ ਮੇਰਾ ਵਾਰਿਸ ਮੇਰਾ ਬੁੱਲੇ ਸ਼ਾਹ ਵਾਰਿਸ ਸ਼ਾਹ ਸਰਕਾਰ ਬਾਬਾ ਫਰੀਦੋਦੀਨ ਗੱਜੇ ਸ਼ਕਰ ਇਹ ਸੂਫੀਆ ਦੀ ਧਰਤੀ ਹੈ ਔਲੀਆ ਦੀ ਧਰਤੀ ਹੈ ਨੇਕ ਲੋਕਾਂ ਦੀ ਧਰਤੀ ਹੈ ਮੇਰਾ ਰੱਬ ਇਸ ਮੇਰੇ ਦੇਸ਼ ਨੂੰ ਹਮੇਸ਼ਾ ਸਲਾਮਤ ਰੱਖੇ ਔਰ ਇਨਸ਼ਾਅੱਲਾ ਮਰਦੇ ਦਮ ਤੱਕ ਪਾਕਿਸਤਾਨ ਜ਼ਿੰਦਾਬਾਦ।